ਥਾਣਾ ਸਿਟੀ ਜ਼ੀਰਾ ਪੁਲਿਸ ਵੱਲੋਂ 180 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਸਣੇ ਇੱਕ ਈਕੋ ਸਪੋਰਟਸ ਕਾਰ ਸਵਾਰ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ DSP ਜ਼ੀਰਾ ਨਰਿੰਦਰ ਸਿੰਘ ਨੇ ਦੱਸਿਆ ਕਿ SHO ਥਾਣਾ ਸਿਟੀ ਜ਼ੀਰਾ ਗੁਰਮੇਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਰੇਡ ਦੌਰਾਨ ਜ਼ੀਰਾ ਨਿਵਾਸੀ ਵਿਅਕਤੀ ਨੂੰ ਈਕੋ ਸਪੋਰਟਸ ਕਾਰ ਸਮੇਤ 180 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਅਤੇ ਪੁਲਿਸ ਵੱਲੋਂ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। SHO ਸਿਟੀ ਜ਼ੀਰਾ ਦੀ ਇੱਕ ਰੇਡਿੰਗ ਪਾਰਟੀ ਨੇ ਰੇਡ ਕਰਕੇ 180 ਬੋਤਲਾਂ ਜਿਹੜੀ ਹੈਗੀ ਦਾਰੂ ਬਰਾਮਦ ਕੀਤੀ ਹੈ। ਇਹਦੇ ਵਿੱਚ ਅਸ਼ੋਕ ਕੁਮਾਰ ਅਲੀਅਸ ਬੱਬਾ ਜਿਹੜਾ ਹੈਗਾ ਉਹਦੀ ਈਕੋ ਸਪੋਰਟ ਗੱਡੀ ਦੇ ਨਾਲ ਅਸੀਂ ਅਰੈਸਟ ਕੀਤਾ ਅਤੇ ਕੁਛ ਦਾਰੂ ਅਸੀਂ ਨਾਕੇ ਤੋਂ ਉਹਦੀ ਗੱਡੀ ਦੇ ਵਿੱਚੋਂ ਮਿਲੀ ਸੀ, ਕੁਛ ਜਦੋਂ ਉਹਦੀ ਘਰ ਦੀ ਸਰਚ ਕੀਤੀ ਤਾਂ ਉਹਦੇ ਵਿੱਚ ਵੀ ਘਰ ਦੇ ਵਿੱਚ ਮਿਲੀ। ਟੋਟਲ ਜਿਹੜੀ ਹੈਗੀ 180 ਬੋਤਲਾਂ ਦੀ ਰਿਕਵਰੀ ਹੋਈ ਹੈ। ਜਾਗਰਤੀ ਲੈਣ ਲਈ ਜ਼ੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ।